ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ DGP ਦਿਨਕਰ ਗੁਪਤਾ ਵੱਲੋਂ ਸੂਬੇ ਵਿੱਚ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਆਦੇਸ਼ਾਂ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ 'ਤੇ ਸਬ ਡਿਵੀਜ਼ਨ ਮਲੋਟ ਦੇ DSP ਮਨਮੋਹਨ ਸਿੰਘ ਔਲਖ ਦੀ ਨਿਗਰਾਨੀ ਹੇਠ ਪੁਲਿਸ ਚੌਂਕੀ ਕਿੱਲਿਆਂਵਾਲੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ 3 ਮੈਂਬਰ ਕਾਬੂ ਕੀਤੇ ਹੈ। ਉਹਨਾਂ ਦੀ ਨਿਸ਼ਾਨਦੇਹੀ ਤੋਂ ਪੁਲਿਸ ਨੇ 16 ਮੋਟਰਸਾਈਕਲ ਬਰਾਮਦ ਕੀਤੇ ਹੈ ਜੋ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸੀ। ਮਲੋਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ DSP ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਥਾਣਾ ਲੰਬੀ ਅਧੀਨ ਪੁਲਿਸ ਚੌਂਕੀ ਕਿੱਲਿਆਂਵਾਲੀ ਵੱਲੋਂ ਖੁਫੀਆ ਸੂਚਨਾ ਦੇ ਆਧਾਰ 'ਤੇ ਕਿੱਲਿਆਂਵਾਲੀ ਤੋਂ ਫਤੂਈ ਕੇੜਾ ਰੋਡ 'ਤੇ ਨਾਕੇਬੰਦੀ ਦੌਰਾਨ 3 ਵਿਅਕਤੀ ਜੋ ਕਿ ਅਲੱਗ ਅਲੱਗ ਮੋਟਰਸਾਈਕਲਾਂ 'ਤੇ ਸਵਾਰ ਸੀ ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ 3 ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੋਂ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ 16 ਮੋਟਰਸਾਈਕਲ ਵੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸਾਡੀ ਲੰਬੀ ਥਾਣੇ ਦੇ ਵਿੱਚ ਚੌਂਕੀ ਕਿੱਲਿਆਂਵਾਲੀ ਨਾਲ ਇਹਨਾਂ ਦੇ ਇੰਚਾਰਜ ਬੈਠੇ ਹੋਏ ਆ ਮੇਰੇ। ਇਹਨਾਂ ਨੇ ਖੁਫੀਆ ਇਤਲਾਹ ਦੇ ਉੱਤੇ 2 ਮੋਟਰਸਾਈਕਲ ਵਿਦ ਮੋਟਰਸਾਈਕਲ ਚੋਰ ਉਹ ਰਿਕਵਰ ਕੀਤੇ ਸੀਗੇ। ਉਹਨਾਂ ਦੀ ਡੁੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਦਾ ਇੱਕ ਸਰਗਨਾ ਵਿਦ ਮੋਟਰਸਾਈਕਲ, ਫਿਰ ਉਸ ਤੋਂ ਬਾਅਦ ਜਦੋਂ ਇਹਨਾਂ 3 ਦੀ ਬਰੀਕੀ ਨਾਲ ਛਾਣਬੀਨ ਕੀਤੀ ਗਈ ਹੈ, ਇਹਨਾਂ ਨੇ 13 ਮੋਟਰਸਾਈਕਲ ਹੋਰ ਰਿਕਵਰ ਕਰਾਏ। ਸੋ ਟੋਟਲ ਮੋਟਰਸਾਈਕਲ ਰਿਕਵਰੀ ਹੈਗੀ ਸਾਡੇ ਕੋਲ 16 ਅਤੇ 3 ਦੋਸ਼ੀ ਨੇ। ਇਹ ਅਸੀਂ ਹਾਲੇ ਤਾਂ ਇਹਨਾਂ 3 ਦੀ ਹੀ ਆਪਸ ਦੇ ਵਿੱਚ ਆਈ ਹੈ ਸ਼ਮੂਲੀਅਤ ਪੂਰੀ, ਅਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹਨਾਂ ਦਾ ਸਾਰਾ ਪਿਛਲਾ ਰਿਕਾਰਡ ਜੇ ਉਹ ਚੈੱਕ ਕਰ ਰਹੇ ਹਾਂ ਕਿ ਕੀ ਇਹਨਾਂ ਦੀਆਂ ਗਤੀਵਿਧੀਆਂ ਰਹੀਆਂ, ਕੋਈ ਪਰਚਾ ਵੀ ਦਰਜ ਹੈ, ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਇਹਨਾਂ ਦੇ ਖਿਲਾਫ਼ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਨਾਮ ਇਹਨਾਂ ਦੇ ਹੈਗੇ, ਇੱਕ ਹੈਗਾ ਗੁਰਪ੍ਰੀਤ ਸਿੰਘ ਪੁੱਤਰ ਸ਼ਿਵਰਾਜ ਸਿੰਘ, ਸੈਕਿੰਡ ਇਜ਼ ਸੁਖਵੀਰ ਸਿੰਘ ਪੁੱਤਰ ਜਸਕਰਨ ਸਿੰਘ, ਔਰ ਥਰਡ ਇਜ਼ ਸਤਨਾਮ ਸਿੰਘ ਉਰਫ ਬੱਗੀ, ਇਹ ਹੈਗਾ ਜੀ ਪੁੱਤਰ ਬਲਦੇਵ ਸਿੰਘ। ਹਾਲੇ ਤੱਕ ਤਾਂ ਮੋਟਰਸਾਈਕਲ ਹੀ ਇਹਨਾਂ ਨੇ, ਕਿਉਂਕਿ 3 ਹੀ ਸੀਗੇ, ਤੁਸੀਂ ਦੇਖੋ 13 ਅਸੀਂ ਹੋਰ ਰਿਕਵਰ ਕੀਤੇ ਆ ਇਹਨਾਂ ਕੋਲੋਂ। ਇਹੀ ਇਹੀ ਕਾਰਨ ਹੈ ਕਿ ਟੋਟਲ ਜਿਹੜੀ 16 ਮੋਟਰਸਾਈਕਲ ਦੀ ਰਿਕਵਰੀ ਹੈ ਅਤੇ 3 ਅਸੀਂ ਚੋਰ ਫੜ ਲਏ ਆ, ਇਹ ਵੀ ਮੇਰਾ ਖਿਆਲ ਹੈ ਕਾਫ਼ੀ ਹੈਵੀ ਰਿਕਵਰੀ ਆ, ਔਰ 3 ਚੋਰਾਂ ਨੇ ਜਿੰਨਿਆਂ ਕਿ ਇਹਨਾਂ ਹੁਣ ਤੱਕ ਕੀਤਾ ਸਾਰੇ ਅਸੀਂ ਰਿਕਵਰ ਕਰ ਲਏ। ਹਰਿਆਣਾ ਨੈਚੁਰਲੀ ਕਿੱਲਿਆਂ ਵਾਲੀ ਜਿਹੜੀ ਚੌਂਕੀ ਹੈ ਨਾਲ ਡੱਬ ਵਾਲੀ ਲੱਗਦਾ ਹੈ ਸਾਡਾ, ਅਤੇ ਇਹ ਸਰਗਰਮ ਉੱਧਰ ਵੀ ਹੈਗੇ ਆ ਅਤੇ ਸਾਡੇ ਵੱਲ ਵੀ ਹੈਗੇ ਆ, ਉੱਥੇ ਵੀ ਅਸੀਂ ਚੈੱਕ ਕਰਾ ਰਹੇ ਹਾਂ ਕਿ ਉੱਥੇ ਇਹਨਾਂ ਨੇ ਕਿਹੜੇ ਮੈਂਬਰ ਹੀ ਗਿਰੋਹ ਹੈ। ਹਾਲੇ ਤੱਕ ਤਾਂ 3 ਦੀ ਹੀ ਸ਼ਮੂਲੀਅਤ ਆਪਸ 'ਚ ਸਾਹਮਣੇ ਆਈ। ਇਹ ਪਹਿਲਾਂ 2, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, 2 ਫੜੇ ਸੀਗੇ, ਉਹਨਾਂ 1 ਦਾ ਨਾਂ ਲਿਆ ਜਿਹੜਾ, ਉਹ ਅਸੀਂ 1 ਨਾਲ ਉਹਨੂੰ ਵੀ ਫੜ ਲਿਆ, ਅਤੇ ਫਿਰ ਇਹਨਾਂ ਇਕੱਠਿਆਂ ਨੇ 13 ਹੋਰ ਰਿਕਵਰ ਕਰਾ ਦਿੱਤੇ ਸਨ। ਪਿਛੋਕੜ ਹਾਲੇ ਸਾਹਮਣੇ ਨਹੀਂ ਆਇਆ, ਲੇਕਿਨ ਅਸੀਂ ਨਾਲ ਦੇ ਸਟੇਟ ਤੋਂ ਵੀ ਹਰਿਆਣਾ ਤੋਂ ਪਤਾ ਕਰ ਰਹੇ ਹਾਂ ਕਿ ਕੋਈ ਇਹਨਾਂ 'ਤੇ FIR, ਕੋਈ ਇਹਨਾਂ ਦਾ ਕੋਈ ਪੁਰਾਣੀ ਬੈਕਗਰਾਊਂਡ, ਅਤੇ ਉਹ ਤਫਤੀਸ਼ ਚੱਲ ਰਹੀ ਆ ਉਸ ਚੀਜ਼ ਦੀ। ਠੀਕ ਹੈ।